ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਦੇ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇਣ ਦੀ ਸੁਵਿਧਾ ਦੇ ਵਿੱਚ ਅਹਿਮ ਬਦਲਾਅ ਕੀਤੇ ਨੇ। ਕੈਨੇਡਾ ਨੇ ਪੋਰਟ ਐਂਟਰੀ ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਮਿਲਣ ਵਾਲੇ ਵਰਕ ਪਰਮਿਟ ਨੂੰ ਖਤਮ ਕਰ ਦਿੱਤਾ। ਇਸ ਮਾਮਲੇ ਬਾਰੇ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨ ਵਿਭਾਗ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ, ਜਿਸ ਦੇ ਮੁਤਾਬਕ ਵਿਦੇਸ਼ੀ ਨਾਗਰਿਕ ਹੁਣ ਸਰਹੱਦ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਰਜ਼ੀ ਨਹੀਂ ਦੇ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਇਹ ਉਪਾਅ ਫਲੈਗ ਪੋਲਿੰਗ ਨੂੰ ਘੱਟ ਕਰਨ ਦਾ ਇੱਕ ਜ਼ਰੀਆ ਸਾਬਤ ਹੋਵੇਗਾ। ਫਲੈਗ ਪੋਲਿੰਗ ਉਸਨੂੰ ਕਿਹਾ ਜਾਂਦਾ ਹੈ ਜਦੋਂ ਕੈਨੇਡਾ ਦੇ ਅਸਥਾਈ ਨਿਵਾਸੀ ਦੇਸ਼ ਛੱਡ ਕੇ ਆਨਲਾਈਨ ਕੰਮ ਜਾਂ ਅਧਿਐਨ ਪਰਮਿਟ ਦੇ ਲਈ ਦਿੱਤੀ ਗਈ ਅਰਜ਼ੀ ਦੇ ਉਡੀਕ ਸਮੇਂ ਨੂੰ ਪੂਰਾ ਨਹੀਂ ਕਰਦੇ, ਬਲਕਿ ਉਸੇ ਦਿਨ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰਨ ਦੇ ਲਈ ਦੇਸ਼ ਛੱਡ ਕੇ ਬਾਹਰ ਜਾਣ ਤੋਂ ਬਾਅਦ ਤੁਰੰਤ ਹੀ ਦੁਬਾਰਾ ਦਾਖਲ ਹੋ ਜਾਂਦੇ ਨੇ। ਦੱਸ ਦਈਏ ਕਿ ਬਹੁਤੇ ਮਾਮਲਿਆਂ ਦੇ ਵਿੱਚ ਕੌਮਾਂਤਰੀ ਵਿਦਿਆਰਥੀ ਦੀ ਪੜ੍ਹਾਈ ਖਤਮ ਹੋਣ ਦੇ 90 ਦਿਨਾਂ ਬਾਅਦ ਉਹਨਾਂ ਦਾ ਸਟੱਡੀ ਪਰਮਿਟ ਵੀ ਖਤਮ ਹੋ ਜਾਂਦਾ ਹੈ। ਜਦੋਂ ਕੋਈ ਕੌਮਾਂਤਰੀ ਵਿਦਿਆਰਥੀ ਸਟੱਡੀ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਅਪਲਾਈ ਕਰ ਦਿੰਦਾ ਹੈ ਤਾਂ ਉਸਨੂੰ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ। ਅਜਿਹੇ ਦੇ ਵਿੱਚ ਇੱਕ ਆਟੋਮੇਟਿਡ ਲੈਟਰ ਮੇਲ ਦੇ ਜ਼ਰੀਏ ਮਿਲਦੀ ਹੈ ਜੋ ਆਪਣੇ ਕੰਮ ਵਾਲੀ ਥਾਂ ਉੱਤੇ ਦਿਖਾ ਕੇ ਕੰਮ ਲੈ ਸਕਦਾ ਹੈ। ਫਲੈਗ ਪੋਲਿੰਗ ਦੇ ਨਾਲ ਸਰਹੱਦ ਤੇ ਭੀੜ ਵੱਧਦੀ ਹੈ ਅਤੇ ਇਸ ਦੇ ਨਾਲ ਅਹਿਮ ਸਰੋਤਾਂ ਦੀ ਸਹੀ ਵਰਤੋਂ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ। ਇਹ ਸਰਹੱਦ ਉੱਤੇ ਤੈਨਾਤ ਅਫਸਰਾਂ ਨੂੰ ਲੋੜੀਂਦੇ ਕਾਨੂੰਨ ਲਾਗੂ ਕਰਨ ਦੇ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ ਤੇ ਯਾਤਰੀਆਂ ਦੇ ਨਾਲ ਨਾਲ ਸਰਹੱਦ ਤੋਂ ਹੋਣ ਵਾਲੀ ਸ਼ਿਪਿੰਗ ਤੇ ਵੀ ਇਸਦਾ ਅਸਰ ਪੈਂਦਾ ਹੈ। 1 ਮਾਰਚ 2023 ਤੋਂ 29 ਫਰਵਰੀ 2024 ਤੱਕ ਪੋਸਟ ਗ੍ਰੈਜੂਏਟ ਵਰਕ ਪਰਮਿਟ ਬਿਨੇਕਾਰ ਫਲੈਗ ਪੋਲਿੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਦਾ ਤਕਰੀਬਨ 5ਵਾਂ ਹਿੱਸਾ ਸੀ। ਕੈਨੇਡਾ ਸਰਕਾਰ ਬਿਨੇਕਾਰਾਂ ਨੂੰ ਫਲੈਗ ਪੋਲ ਦੀ ਬਜਾਏ ਕੈਨੇਡਾ ਦੇ ਵਿੱਚ ਹੀ ਅਪਲਾਈ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਇਹ ਉਪਾਅ ਕਰ ਰਹੀ ਹੈ। ਮਾਰਕ ਮਿਲਰ ਨੇ ਕਿਹਾ ਕਿ ਅਸੀਂ ਪ੍ਰਕਿਰਿਆ ਦੇ ਸਮੇਂ ਦੇ ਵਿੱਚ ਸੁਧਾਰ ਕਰਨਾ ਜਾਰੀ ਰੱਖਾਂਗੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਵਧੇਰੇ ਏਕੀਕ੍ਰਿਤ, ਆਧੁਨਿਕ ਅਤੇ ਕੇਂਦਰੀਕ੍ਰਿਤ ਕਾਰਜਸ਼ੀਲ ਪ੍ਰਣਾਲੀ ਤਿਆਰ ਕਰਨ ਦੇ ਵੱਲ ਵੱਧ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਹ ਤਬਦੀਲੀ ਬਿਨੇਕਾਰਾਂ ਦੇ ਵਿੱਚ ਨਿਰਪੱਖਤਾ ਨੂੰ ਵਧਾਉਂਦੀ ਹੈ ਅਤੇ ਇੱਕ ਹੋਰ ਕਦਮ ਹੈ ਜੋ ਕੈਨੇਡਾ ਸਰਕਾਰ ਫਲੈਗ ਪੋਲਿੰਗ ਨੂੰ ਘਟਾਉਣ ਦੇ ਲਈ ਚੁੱਕ ਰਹੀ ਹੈ।